ਯਾਨੀ ਕਿ ਦੋ ਵਾਰੀ ਭੱਜਿਆ, ਦੋ ਵਾਰੀ ਭੱਜਿਆ ਉਹ ਕੈਦੀ। ਉਸ ਤੋਂ ਬਾਅਦ 'ਚ ਮੈਂ ਗੱਡੀ ਆਪਣੀ ਉੱਥੇ ਛੱਡ ਕੇ ਚਲ ਗਿਆ, ਗੱਲਾ ਮੇਰਾ ਖੁੱਲ੍ਹਾ ਸੀ, ਇਹਦੇ 300-400 ਰੁਪਇਆ ਸੀ ਉਹ ਵੀ ਕਿਸੇ ਨੇ ਕੱਢ ਲਿਆ ਗੱਲੇ ਦੇ ਵਿੱਚੋਂ। ਗੱਡੀ ਮੈਂ ਇਸ ਤਰ੍ਹਾਂ ਸਟਾਰਟ ਹੀ ਕਰਕੇ ਛੱਡ ਕੇ ਭੱਜ ਗਿਆ, ਜਦੋਂ ਵੀ ਮੁਲਾਜ਼ਮ ਬੇਹੋਸ਼ ਹੋ ਗਿਆ, ਮੈਂ ਕਿਹਾ ਇਹਨੂੰ ਕੁਛ ਹੋ ਨਾ ਜਾਵੇ, ਅਤੇ ਮੈਂ ਉਹਨੂੰ ਫੜਿਆ ਉਹ ਭੰਡਾਰੀ ਪੁਲ ਤੋਂ ਜਾ ਕੇ ਦੁਬਾਰਾ। ਲਾਗੇ ਬੰਦੇ ਖੜ੍ਹੇ ਸੀ, ਮੈਂ ਉਹਨਾਂ ਦੇ ਹਵਾਲੇ ਕੀਤਾ ਵੀ ਮੈਂ ਕਿਹਾ ਭਾਅ ਜੀ ਇਹਨੂੰ ਜਾਨ ਨਾ ਦਿਓ, ਮੈਂ ਮੁਲਾਜ਼ਮ ਨੂੰ ਪਹਿਲਾਂ ਮੈਂ ਹਸਪਤਾਲ ਲੈ ਕੇ ਜਾਵਾਂ ਕਿ ਇਹਨੂੰ ਭਰਾ ਨੂੰ ਕੁਛ ਹੋ ਨਾ ਜਾਵੇ, ਇਹਨੇ ਬੜੀ ਹਿੰਮਤ ਕੀਤੀ ਹੈ। ਸਟੈਚਰ ਜੇਚਰ ਲੰਮੇ ਪਾ ਕੇ ਜਾਂ ਕੋਈ ਕੁਰਸੀ ਤੱਕ ਨਹੀਂ ਮਿਲੀ ਵੀ ਉਹਨੂੰ ਮੁਲਾਜ਼ਮ ਨੂੰ ਉਸ ਟਾਈਮ 'ਤੇ ਚੁੱਕ ਕੇ ਜਿਹੜਾ ਵੀ ਅੰਦਰ ਲੈ ਕੇ ਜਾ ਸਕੇ। ਯਾਨੀ ਕਿ ਦੋ ਵਾਰੀ ਭੱਜਿਆ, ਦੋ ਵਾਰੀ ਭੱਜਿਆ ਉਹ ਕੈਦੀ। ਉਸ ਤੋਂ ਬਾਅਦ 'ਚ ਮੈਂ ਗੱਡੀ ਆਪਣੀ ਉੱਥੇ ਛੱਡ ਕੇ ਚਲ ਗਿਆ, ਗੱਲਾ ਮੇਰਾ ਖੁੱਲ੍ਹਾ ਸੀ, ਇਹਦੇ 300-400 ਰੁਪਇਆ ਸੀ ਉਹ ਵੀ ਕਿਸੇ ਨੇ ਕੱਢ ਲਿਆ ਗੱਲੇ ਦੇ ਵਿੱਚੋਂ, ਕਿਉਂਕਿ ਗੱਡੀ ਮੈਂ ਇਸ ਤਰ੍ਹਾਂ ਸਟਾਰਟ ਹੀ ਕਰਕੇ ਛੱਡ ਕੇ ਭੱਜ ਗਿਆ, ਜਦੋਂ ਵੀ ਮੁਲਾਜ਼ਮ ਬੇਹੋਸ਼ ਹੋ ਗਿਆ, ਮੈਂ ਕਿਹਾ ਇਹਨੂੰ ਕੁਛ ਹੋ ਨਾ ਜਾਵੇ, ਅਤੇ ਮੈਂ ਉਹਨੂੰ ਫੜਿਆ ਉਹ ਭੰਡਾਰੀ ਪੁਲ ਤੋਂ ਜਾ ਕੇ ਦੁਬਾਰਾ। ਭੰਡਾਰੀ ਪੁਲ ਕੀਤਾ ਤੁਸੀਂ? ਉੱਥੋਂ ਮੈਂ ਲੈ ਕੇ ਗੱਡੀ ਕੋਲ ਆਇਆ ਵਾਂ, ਅਤੇ ਮੁਲਾਜ਼ਮ ਗੱਡੀ ਦੇ ਵਿੱਚ ਹੀ ਪਿਆ ਸੀ, ਭੀੜ ਇਕੱਠੀ ਹੋਈ ਸੀ, ਉਹਨੂੰ ਕੋਈ ਪਾਣੀ ਵੀ ਨਹੀਂ ਵੇਖਣ ਡਿਆ ਵੀ ਕੋਈ ਜਾਣੀ ਨਹੀਂ, ਹਸਪਤਾਲ ਲੱਗੇ ਆ ਅਤੇ ਲਾਗੇ ਹਸਪਤਾਲ ਹੀ ਲੈ ਜਾਓ। ਮੈਂ ਕੈਦੀ ਨੂੰ ਉੱਥੇ ਲਾਗੇ ਬੰਦੇ ਖੜ੍ਹੇ ਸੀ, ਮੈਂ ਉਹਨਾਂ ਦੇ ਹਵਾਲੇ ਕੀਤਾ ਵੀ ਮੈਂ ਕਿਹਾ ਭਾਅ ਜੀ ਇਹਨੂੰ ਜਾਨ ਨਾ ਦਿਓ, ਮੈਂ ਮੁਲਾਜ਼ਮ ਨੂੰ ਪਹਿਲਾਂ ਮੈਂ ਹਸਪਤਾਲ ਲੈ ਕੇ ਜਾਵਾਂ ਕਿ ਇਹਨੂੰ ਭਰਾ ਨੂੰ ਕੁਛ ਹੋ ਨਾ ਜਾਵੇ, ਇਹਨੇ ਬੜੀ ਹਿੰਮਤ ਕੀਤੀ ਹੈ, ਮਗਰ ਭੱਜਿਆ ਹੈ ਵੀ ਉਮਰ ਦੇ ਤਕਾਜੇ ਦੇ ਨਾਲ ਉਹਨੂੰ ਇਸ ਤਰ੍ਹਾਂ ਜ਼ਿਆਦਾ ਮਿਹਨਤ ਕੀਤੀ ਹੈ। ਠੰਡ ਵੀ ਬਹੁਤ ਸੀ ਸਵੇਰੇ, ਧੁੰਦ ਵੀ ਬਹੁਤ ਸੀ, ਅਤੇ ਉਹ ਮੈਨੂੰ ਐਮਰਜੈਂਸੀ 'ਚ ਖੜਿਆ ਅੰਦਰ ਲੈ ਕੇ ਗਿਆ ਵਾਂ, ਅੰਦਰ ਸਟੀਚਰ ਵੀ ਕੋਈ ਨਹੀਂ ਮਿਲਿਆ। ਪਹਿਲਾਂ ਮੈਂ ਭੱਜ ਕੇ 3 ਕਮਰੇ ਫੋਲੇ ਨੇ, ਫਿਰ ਮੈਂ ਭੱਜ ਕੇ ਲਾਸਟਲੇ ਕਮਰੇ 'ਚੋਂ ਸਟੀਚਰ ਹੋਸਪਿਟਲ ਦੀ ਗੱਲ ਕਰਦੇ, ਸਿਵਲ ਹੋਸਪਿਟਲ ਦੇ ਵਿੱਚ ਸਟੈਚਰ ਜੇ ਲੰਮੇ ਪਾ ਕੇ ਜਾਂ ਕੋਈ ਕੁਰਸੀ ਤੱਕ ਨਹੀਂ ਮਿਲੀ ਵੀ ਉਹਨੂੰ ਮੁਲਾਜ਼ਮ ਨੂੰ ਉਸ ਟਾਈਮ 'ਤੇ ਚੁੱਕ ਕੇ ਜਿਹੜਾ ਵੀ ਅੰਦਰ ਲੈ ਕੇ ਜਾ ਸਕੇ। ਜਿਸ ਤਰ੍ਹਾਂ ਤੁਸੀਂ ਦੱਸਦੇ ਪਏ ਜੇ ਕਿ ਪਹਿਲਾਂ ਇੱਕ ਵਾਰੀ ਭੱਜਿਆ, ਉਸ ਤੁਸੀਂ ਉਹਨੂੰ ਕਾਬੂ ਕੀਤਾ, ਤੁਸੀਂ ਕਾਬੂ ਕੀਤਾ, ਨਾਲ ਮੁਲਾਜ਼ਮ ਨੇ ਕਾਬੂ ਕੀਤਾ, ਉਸ ਤੋਂ ਬਾਅਦ ਜਦੋਂ ਗੱਡੀ 'ਚ ਬਿਠਾ ਲਿੱਤਾ, ਉਹਨਾਂ ਨੂੰ ਫਿਰ ਅਟੈਕ ਹੋਇਆ ਪੁਲਿਸ ਮੁਲਾਜ਼ਮ ਨੂੰ? ਹਾਂਜੀ ਫਿਰ ਅਟੈਕ ਹੋਇਆ ਜੀ ਉਹਨਾਂ ਨੂੰ, ਉਸ ਤੋਂ ਬਾਅਦ ਦੂਸਰੀ ਵਾਰ ਫਿਰ ਭੱਜ ਗਿਆ, ਉਹ ਭੱਜ ਗਿਆ ਜੀ ਉਹ। ਫਿਰ ਉਹਨੂੰ ਮੈਂ ਭੰਡਾਰੀ ਪੁਲ ਦੇ ਕੋਲ ਜਾ ਕੇ ਫੜਿਆ ਉਹਨੂੰ, ਅਤੇ ਦੌੜੇ ਤੁਸੀਂ ਮਗਰ ਭਾਅ ਜੀ ਆਪਣਾ ਸਿਵਲ ਹਸਪਤਾਲ ਦੇ ਗੇਟ ਤੋਂ ਲੈ ਕੇ ਉਹ ਜਿਹੜੀ ਮਾਰਕੀਟ ਹੈਗੀ 1 ਕਿਲੋਮੀਟਰ ਘੱਟ ਤੋਂ ਘੱਟ, ਹਾਂਜੀ 500-600 ਮੀਟਰ 'ਤੇ ਭੱਜਿਆ ਜੀ ਉਹਦੇ ਮਗਰ, 500-600 ਮੀਟਰ। ਹਾਂਜੀ ਹਾਂਜੀ 1.5 ਕਿਲੋਮੀਟਰ 'ਤੇ ਭੱਜਿਆ ਉਹਦੇ ਮਗਰ। ਯਾਨੀ ਕਿ ਦੋ ਵਾਰੀ ਭੱਜਿਆ, ਦੋ ਵਾਰੀ ਭੱਜਿਆ ਉਹ ਕੈਦੀ। ਉਸ ਤੋਂ ਬਾਅਦ 'ਚ ਮੈਂ ਗੱਡੀ ਆਪਣੀ ਉੱਥੇ ਛੱਡ ਕੇ ਚਲ ਗਿਆ, ਗੱਲਾ ਮੇਰਾ ਖੁੱਲ੍ਹਾ ਸੀ, ਇਹਦੇ 300-400 ਰੁਪਇਆ ਸੀ ਉਹ ਵੀ ਕਿਸੇ ਨੇ ਕੱਢ ਲਿਆ ਗੱਲੇ ਦੇ ਵਿੱਚੋਂ। ਗੱਡੀ ਮੈਂ ਇਸ ਤਰ੍ਹਾਂ ਸਟਾਰਟ ਹੀ ਕਰਕੇ ਛੱਡ ਕੇ ਭੱਜ ਗਿਆ, ਜਦੋਂ ਵੀ ਮੁਲਾਜ਼ਮ ਬੇਹੋਸ਼ ਹੋ ਗਿਆ, ਮੈਂ ਕਿਹਾ ਇਹਨੂੰ ਕੁਛ ਹੋ ਨਾ ਜਾਵੇ, ਅਤੇ ਮੈਂ ਉਹਨੂੰ ਫੜਿਆ ਉਹ ਭੰਡਾਰੀ ਪੁਲ ਤੋਂ ਜਾ ਕੇ ਦੁਬਾਰਾ। ਲਾਗੇ ਬੰਦੇ ਖੜ੍ਹੇ ਸੀ, ਮੈਂ ਉਹਨਾਂ ਦੇ ਹਵਾਲੇ ਕੀਤਾ ਵੀ ਮੈਂ ਕਿਹਾ ਭਾਅ ਜੀ ਇਹਨੂੰ ਜਾਨ ਨਾ ਦਿਓ, ਮੈਂ ਮੁਲਾਜ਼ਮ ਨੂੰ ਪਹਿਲਾਂ ਮੈਂ ਹਸਪਤਾਲ ਲੈ ਕੇ ਜਾਵਾਂ ਕਿ ਇਹਨੂੰ ਭਰਾ ਨੂੰ ਕੁਛ ਹੋ ਨਾ ਜਾਵੇ, ਇਹਨੇ ਬੜੀ ਹਿੰਮਤ ਕੀਤੀ ਹੈ। ਸਟੈਚਰ ਜੇਚਰ ਲੰਮੇ ਪਾ ਕੇ ਜਾਂ ਕੋਈ ਕੁਰਸੀ ਤੱਕ ਨਹੀਂ ਮਿਲੀ ਵੀ ਉਹਨੂੰ ਮੁਲਾਜ਼ਮ ਨੂੰ ਉਸ ਟਾਈਮ 'ਤੇ ਚੁੱਕ ਕੇ ਜਿਹੜਾ ਵੀ ਅੰਦਰ ਲੈ ਕੇ ਜਾ ਸਕੇ। ਯਾਨੀ ਕਿ ਦੋ ਵਾਰੀ ਭੱਜਿਆ, ਦੋ ਵਾਰੀ ਭੱਜਿਆ ਉਹ ਕੈਦੀ। ਉਸ ਤੋਂ ਬਾਅਦ 'ਚ ਮੈਂ ਗੱਡੀ ਆਪਣੀ ਉੱਥੇ ਛੱਡ ਕੇ ਚਲ ਗਿਆ, ਗੱਲਾ ਮੇਰਾ ਖੁੱਲ੍ਹਾ ਸੀ, ਇਹਦੇ 300-400 ਰੁਪਇਆ ਸੀ ਉਹ ਵੀ ਕਿਸੇ ਨੇ ਕੱਢ ਲਿਆ ਗੱਲੇ ਦੇ ਵਿੱਚੋਂ, ਕਿਉਂਕਿ ਗੱਡੀ ਮੈਂ ਇਸ ਤਰ੍ਹਾਂ ਸਟਾਰਟ ਹੀ ਕਰਕੇ ਛੱਡ ਕੇ ਭੱਜ ਗਿਆ, ਜਦੋਂ ਵੀ ਮੁਲਾਜ਼ਮ ਬੇਹੋਸ਼ ਹੋ ਗਿਆ, ਮੈਂ ਕਿਹਾ ਇਹਨੂੰ ਕੁਛ ਹੋ ਨਾ ਜਾਵੇ, ਅਤੇ ਮੈਂ ਉਹਨੂੰ ਫੜਿਆ ਉਹ ਭੰਡਾਰੀ ਪੁਲ ਤੋਂ ਜਾ ਕੇ ਦੁਬਾਰਾ। ਭੰਡਾਰੀ ਪੁਲ ਕੀਤਾ ਤੁਸੀਂ? ਉੱਥੋਂ ਮੈਂ ਲੈ ਕੇ ਗੱਡੀ ਕੋਲ ਆਇਆ ਵਾਂ, ਅਤੇ ਮੁਲਾਜ਼ਮ ਗੱਡੀ ਦੇ ਵਿੱਚ ਹੀ ਪਿਆ ਸੀ, ਭੀੜ ਇਕੱਠੀ ਹੋਈ ਸੀ, ਉਹਨੂੰ ਕੋਈ ਪਾਣੀ ਵੀ ਨਹੀਂ ਵੇਖਣ ਡਿਆ ਵੀ ਕੋਈ ਜਾਣੀ ਨਹੀਂ, ਹਸਪਤਾਲ ਲੱਗੇ ਆ ਅਤੇ ਲਾਗੇ ਹਸਪਤਾਲ ਹੀ ਲੈ ਜਾਓ। ਮੈਂ ਕੈਦੀ ਨੂੰ ਉੱਥੇ ਲਾਗੇ ਬੰਦੇ ਖੜ੍ਹੇ ਸੀ, ਮੈਂ ਉਹਨਾਂ ਦੇ ਹਵਾਲੇ ਕੀਤਾ ਵੀ ਮੈਂ ਕਿਹਾ ਭਾਅ ਜੀ ਇਹਨੂੰ ਜਾਨ ਨਾ ਦਿਓ, ਮੈਂ ਮੁਲਾਜ਼ਮ ਨੂੰ ਪਹਿਲਾਂ ਮੈਂ ਹਸਪਤਾਲ ਲੈ ਕੇ ਜਾਵਾਂ ਕਿ ਇਹਨੂੰ ਭਰਾ ਨੂੰ ਕੁਛ ਹੋ ਨਾ ਜਾਵੇ, ਇਹਨੇ ਬੜੀ ਹਿੰਮਤ ਕੀਤੀ ਹੈ, ਮਗਰ ਭੱਜਿਆ ਹੈ ਵੀ ਉਮਰ ਦੇ ਤਕਾਜੇ ਦੇ ਨਾਲ ਉਹਨੂੰ ਇਸ ਤਰ੍ਹਾਂ ਜ਼ਿਆਦਾ ਮਿਹਨਤ ਕੀਤੀ ਹੈ। ਠੰਡ ਵੀ ਬਹੁਤ ਸੀ ਸਵੇਰੇ, ਧੁੰਦ ਵੀ ਬਹੁਤ ਸੀ, ਅਤੇ ਉਹ ਮੈਨੂੰ ਐਮਰਜੈਂਸੀ 'ਚ ਖੜਿਆ ਅੰਦਰ ਲੈ ਕੇ ਗਿਆ ਵਾਂ,
ਅੰਦਰ ਸਟੀਚਰ ਵੀ ਕੋਈ ਨਹੀਂ ਮਿਲਿਆ। ਪਹਿਲਾਂ ਮੈਂ ਭੱਜ ਕੇ ਤਿੰਨ ਕਮਰੇ ਖੋਲੇ ਨੇ, ਫਿਰ ਮੈਂ ਭੱਜ ਕੇ ਲਾਸਟਲੇ ਕਮਰੇ 'ਚੋਂ ਸਟੀਚਰ। ਹੋਸਪਿਟਲ ਦੀ ਗੱਲ ਕਰਦੇ, ਸਿਵਲ ਹੋਸਪਿਟਲ ਦੇ ਵਿੱਚ ਸਟੈਚਰ ਜਿਹ 'ਚ ਲੰਮੇ ਪਾ ਕੇ ਜਾਂ ਕੋਈ ਕੁਰਸੀ ਤੱਕ ਨਹੀਂ ਮਿਲੀ ਵੀ ਉਹਨੂੰ ਮੁਲਾਜ਼ਮ ਨੂੰ ਉਸ ਟਾਈਮ 'ਤੇ ਚੁੱਕ ਕੇ ਜਿਹੜਾ ਵੀ ਅੰਦਰ ਲੈ ਕੇ ਜਾ ਸਕੇ। ਜਿਸ ਤਰ੍ਹਾਂ ਤੁਸੀਂ ਦੱਸਦੇ ਪਏ ਜੇ ਕਿ ਪਹਿਲਾਂ ਇੱਕ ਵਾਰੀ ਭੱਜਿਆ, ਉਸ ਤੁਸੀਂ ਉਹਨੂੰ ਕਾਬੂ ਕੀਤਾ, ਤੁਸੀਂ ਕਾਬੂ ਕੀਤਾ, ਨਾਲ ਮੁਲਾਜ਼ਮ ਨੇ ਕਾਬੂ ਕੀਤਾ, ਉਸ ਤੋਂ ਬਾਅਦ ਜਦੋਂ ਗੱਡੀ 'ਚ ਬਿਠਾ ਲਿੱਤਾ ਉਹਨਾਂ ਨੂੰ, ਫਿਰ ਅਟੈਕ ਹੋਇਆ ਪੁਲਿਸ ਮੁਲਾਜ਼ਮ ਨੂੰ? ਹਾਂਜੀ, ਫਿਰ ਅਟੈਕ ਹੋਇਆ ਜੀ ਉਹਨਾਂ ਨੂੰ। ਉਸ ਤੋਂ ਬਾਅਦ ਦੂਸਰੀ ਫਿਰ ਭੱਜ ਗਿਆ? ਉਹ ਭੱਜ ਗਿਆ ਜੀ ਉਹ। ਫਿਰ ਉਹਨੂੰ ਮੈਂ ਭੰਡਾਰੀ ਪੁਲ ਦੇ ਕੋਲ ਜਾ ਕੇ ਫੜਿਆ ਉਹਨੂੰ। ਅਤੇ ਦੌੜੇ ਤੁਸੀਂ ਮਗਰ? ਭਾਅ ਜੀ ਆਪਣਾ ਸਿਵਲ ਹਸਪਤਾਲ ਦੇ ਗੇਟ ਤੋਂ ਲੈ ਕੇ ਉਹ ਜਿਹੜੀ ਮਾਰਕੀਟ ਹੈਗੀ, 1 ਕਿਲੋਮੀਟਰ ਘੱਟ ਤੋਂ ਘੱਟ। ਹਾਂਜੀ, 500-600 ਮੀਟਰ 'ਤੇ ਭੱਜਿਆ ਜੀ ਉਹਦੇ ਮਗਰ। 500-600 ਮੀਟਰ? ਹਾਂਜੀ ਹਾਂਜੀ, 1/2 ਕਿਲੋਮੀਟਰ 'ਤੇ ਭੱਜਿਆ ਉਹਦੇ ਮਗਰ।